ਕੀ ਮਾਤਾ ਜੀ ਤੁਹਾਨੂੰ ਕੀ ਮੁਸ਼ਕਲ ਸੀ? ਹਾਂ ਮੈਨੂੰ ਸਰਵਾਈਕਲ ਦੀ ਬੜੀ ਪ੍ਰੋਬਲਮ ਸੀ। ਹਾਂਜੀ। ਪਰ ਮੈਂ ਹੁਣ ਤੁਹਾਡੇ ਕੋਲੋਂ ਦਵਾਈ ਖਾਧੀ ਹੈ, ਮਿਲਾਇਆ ਵਾ, ਉਹਦੇ ਨਾਲ ਮੈਨੂੰ ਬਹੁਤ ਫਰਕ ਹੈ। ਹੁਣ ਤਾਂ ਆਪਣਾ ਮੈਂ ਕਰ ਲੈਣੀ ਆ, ਉਹ ਤੇ ਬੈਠ ਸਕਣ ਜੋਗੀ ਹੋ ਗਈ ਆ। ਡਾਕਟਰ ਕਿਵੇਂ ਵੀ ਕਰਨੀ ਹੈ? ਅੱਗੇ ਨਾਲੋਂ ਮੈਨੂੰ ਕਾਫੀ ਫਰਕ ਹੈ ਬੇਟਾ। ਠੀਕ। ਹਾਂਜੀ ਭੈਣ ਜੀ ਤੁਹਾਨੂੰ ਕੀ ਮੁਸ਼ਕਲ ਸੀ? ਮੇਰੇ ਗੋਡੇ ਦੇ ਪ੍ਰੋਬਲਮ ਸੀ, ਉੱਠੇ ਬੈਠ ਨਹੀਂ ਜਾਂਦਾ ਸੀ। ਗੋਡੇ ਗੈਸ ਸੀ? ਹਾਂਜੀ ਗੈਸ ਸੀ। ਕਿਹਨਾਂ ਪੈਰਾਂ ਭਾਰ ਬੈਠ ਜਾਂਦੇ? ਨਹੀਂ ਬੈਠ ਨਹੀਂ ਜਾਂਦਾ ਜੀ। ਹੁਣ ਕਿੱਦਾਂ? ਹੁਣ ਬੈਠ ਜਾਂਦੀ ਹਾਂ। ਦਰਦ ਕਿਵੇਂ? ਦਰਦ ਠੀਕ ਹੈ, ਕਿਹਨਾਂ ਕਾਫੀ ਹੱਥ ਠੀਕ। ਠੀਕ ਜੀ ਭੈਣ ਜੀ ਤੁਹਾਨੂੰ ਕੀ ਮੁਸ਼ਕਲ ਸੀ? ਕਮਰ ਕੀਤੀ ਪ੍ਰੋਬਲਮ। ਹਾਂਜੀ। ਉਹ ਵੀ ਅਬ ਠੀਕ ਹੈ, ਮਨ ਕੇ ਕੀ। ਠੀਕ ਹੈ। ਦਰਦ ਕਿਵੇਂ? ਦਰਦ ਅਬ ਠੀਕ ਹੈ, ਮਨ ਕੇ ਕੀ। ਹਾਂਜੀ। ਹਾਂਜੀ ਮਾਤਾ ਜੀ ਤੁਹਾਨੂੰ ਕੀ ਮੁਸ਼ਕਲ ਸੀ? ਮੈਨੂੰ ਬੇਟੇ ਮੁਸ਼ਕਲ ਸੀ ਬੈਠਾ ਨੀ ਜਾਂਦਾ, ਬਹਿ ਜਾਂਦਾ, ਉੱਠਿਆ ਨੀ ਜਾਂਦਾ। ਹੁਣ ਇਹਨਾਂ ਕੋਲ ਇਲਾਜ ਕਰਾਇਆ ਭਾਈ ਕੋਲ, ਕਾਫੀ ਹੱਦ ਤੱਕ ਮੈਨੂੰ ਫਰਕ ਪੈ ਗਿਆ। ਬਹਿ ਵੀ ਜਾਂਦੇ ਪੈਰਾਂ ਬਾਹਰ? ਹਾਂਜੀ ਹਾਂਜੀ। ਤੇ ਦਰਦ ਕਿੱਦਾਂ ਜੀ? ਦਰਦ ਕਿਹਨਾਂ ਕਾਫੀ ਫਰਕ ਪੈ ਗਿਆ। ਠੀਕ ਹੈ। ਮਾਤਾ ਜੀ ਤੁਹਾਨੂੰ ਕੀ ਮੁਸ਼ਕਲ ਸੀ? ਮੇਰੇ ਗੋਡੇ ਜੇ ਦਰਦ ਹੁੰਦੀ ਰਹੀ, ਉਹ ਨਾ ਬੈਠਾ ਜਾਂਦਾ ਨਾ ਉੱਠਿਆ ਜਾਂਦਾ ਸੀ। ਹਾਂਜੀ। ਹੁਣ ਕਿੱਦਾਂ? ਠੀਕ ਜੀ। ਹੁਣ ਠੀਕ ਹੈ ਬਿਲਕੁਲ। ਦਰਦ ਕਿਵੇਂ ਹੈ? ਦਰਦ ਕਿੱਦਾਂ ਜੀ? ਦਰਦ ਹੁਣ ਘਟ ਗਈ ਅੱਗੇ ਨਾ। ਠੀਕ ਹੈ। ਹੁਣ ਪੈਰਾਂ ਭਾਰ ਬਹਿ ਜਾਂਦੇ ਜੀ? ਹਾਂ ਬਹਿ ਜਾਈਦਾ। ਠੀਕ। ਹਾਂਜੀ ਭੈਣ ਜੀ ਤੁਹਾਨੂੰ ਕੀ ਮੁਸ਼ਕਲ ਸੀ? ਮੈਨੂੰ ਗੋਡਿਆਂ ਦੀ ਪ੍ਰੋਬਲਮ ਸੀ ਤੇ ਮੈਂ ਇੱਥੇ ਆਈ ਆ ਤੇ ਹੁਣ ਮੈਂ ਠੀਕ ਹੋ ਗਈ। ਕਿੱਦਾਂ ਬਹਿ ਜਾਂਦੇ ਸੀ ਪਹਿਲਾਂ ਪੈਰਾਂ ਪਰ? ਨਹੀਂ ਪਹਿਲਾਂ ਬੈਠਾ ਨਹੀਂ ਜਾਂਦਾ ਹੁੰਦਾ। ਹਾਂਜੀ। ਹੁਣ ਕਿੱਦਾਂ? ਹੁਣ ਮੈਂ ਬਹਿ ਜਾਂਦੀ। ਦਰਦ ਕਿਵੇਂ ਜੀ? ਦਰਦ ਵੀ ਠੀਕ ਆ। ਠੀਕ ਹੈ ਜੀ। ਹਾਂਜੀ ਭੈਣ ਜੀ ਤੁਹਾਨੂੰ ਕੀ ਮੁਸ਼ਕਲ ਸੀ ਜੀ? ਭਾਜੀ ਮੈਨੂੰ ਗੋਡਿਆਂ ਦੀ ਮੁਸ਼ਕਲ ਸੀਗੀ। ਹਾਂਜੀ। ਗੋਡਿਆਂ ਤੋਂ ਮੇਰੇ ਕੋਲ ਚੱਲਿਆ ਨਹੀਂ ਜਾਂਦਾ, ਬੈਠਾ ਨਹੀਂ ਜਾਂਦਾ। ਅੱਛਾ ਜੀ। ਹੁਣ ਕਿੱਦਾਂ? ਠੀਕ। ਮਾਲਿਸ਼ ਕਰਵਾਈ, ਠੀਕ ਹੋ। ਤੇ ਪੈਰਾਂ ਪਰ ਬਹਿ ਜਾਂਦੇ? ਹਾਂਜੀ। ਦਰਦ ਕਿਵੇਂ ਜੀ? ਦਰਦ ਵੀ ਠੀਕ ਹੈ। ਠੀਕ ਹੈ। ਹਾਂਜੀ ਤੁਹਾਨੂੰ ਕੀ ਮੁਸ਼ਕਲ ਸੀ ਜੀ? ਮੇਰੇ ਗੋਡੇ ਬਹੁਤ ਐ ਜਾਮ ਹੀ ਤੇ ਬੜੇ ਕੜਾ ਚੜਿਆ ਆਇਆ ਸੀ ਗੋਡਿਆਂ ਨੂੰ। ਹਾਂਜੀ। ਤੇ ਹੁਣ ਮੇਰੇ ਗੋਡੇ ਬਿਲਕੁਲ ਸਹੀ ਆ। ਹਾਂਜੀ। ਮੈਂ ਪਹਿਲੀ ਵਾਰ ਜੀ ਇੱਕ ਵਾਰ ਤੁਹਾਡੇ ਕੋਲ ਪਹਿਲੀ ਵਾਰ ਜਦੋਂ ਕਰਵਾਉਣ ਆਇਆ ਤੇ ਪਹਿਲੀ ਵਾਰਾਂ ਦੇ ਵਿੱਚ ਹੀ ਮੇਰੇ ਕਾਫੀ ਗੋਡਿਆਂ ਨੂੰ ਬਹੁਤ ਜ਼ਿਆਦਾ ਫਰਕ ਪੈ ਗਿਆ। ਠੀਕ ਹੈ। ਦਰਦ ਕਿਵੇਂ? ਦਰਦ ਬਿਲਕੁਲ ਓਕੇ, ਕੋਈ ਨਹੀਂ ਹੈਗੀ ਹੁਣ। ਠੀਕ ਹੈ। ਅਤੇ ਭਾਅ ਜੀ ਤੁਹਾਨੂੰ ਕੀ ਮੁਸ਼ਕਲ ਸੀ? ਭਾਈ ਮੇਰੇ ਜੋੜ ਥੱਟ ਲੱਗੀ ਸੀ। ਹਾਂਜੀ। ਅਤੇ ਮੇਰਾ ਜੋੜ ਮੁੜ ਗਿਆ ਸੀ। ਅੱਛਾ। ਹੁਣ ਮੈਂ ਇੰਨਾ ਕੁ ਠੀਕ ਹੋਇਆ। ਠੀਕ ਹੈ। ਕਿੰਨੇ ਦਿਨਾਂ? ਇਹ 2 ਦਿਨਾਂ 'ਚ। ਠੀਕ ਹੈ। ਦਰਦ ਕਿਵੇਂ ਹੁਣ? ਦਰਦ ਸਹੀ ਹੈ ਭਾਈ। ਠੀਕ ਹੈ। ਹਾਂਜੀ। ਹਾਂਜੀ ਮਾਤਾ ਜੀ ਤੁਹਾਨੂੰ ਕੀ ਮੁਸ਼ਕਲ ਸੀ? ਮੈਨੂੰ ਰੀੜ੍ਹ ਦੀ ਹੱਡੀ ਦੇ ਨੁਕਸਾਨ। ਹਾਂਜੀ। ਅੱਗੇ ਨਾਲ ਬਹੁਤ ਫਰਕ ਪੈ ਗਿਆ। ਹਾਂਜੀ। ਕਿੰਨੇ ਦਿਨ ਹੋ ਗਏ? 4 ਦਿਨ। 4 ਦਿਨ ਹੋ ਗਏ। ਠੀਕ ਹੈ। ਦਰਦ ਕਿਵੇਂ ਹੁਣ? ਦਰਦ ਠੀਕ ਹੈ। ਠੀਕ। ਹਾਂਜੀ ਮਾਤਾ ਜੀ ਤੁਹਾਨੂੰ ਕੀ ਮੁਸ਼ਕਲ ਸੀ ਜੀ? ਹਾਂਜੀ ਮੈਨੂੰ ਸਰਵਾਈਕਲ ਦੀ ਬਹੁਤ ਜ਼ਿਆਦਾ ਪ੍ਰੋਬਲਮ ਸੀ। ਹਾਂਜੀ। ਮੇਰੀ ਸੱਜੀ ਬਾਂਹ 'ਚ ਵੀ ਬਹੁਤ ਜ਼ਿਆਦਾ ਦਰਦ ਸੀ, ਸਾਰੀ ਬਾਂਹ 'ਚ। ਮੈਂ ਕਹਿੰਦੇ ਹਾਂ ਵੀ ਮੇਰੀ ਬਾਂਹ ਖਲੋ ਹੀ ਜਾਣੀ ਆ। ਅੱਜ ਮੈਨੂੰ 5ਵਾਂ ਦਿਨ, ਮੈਂ 5 ਦਿਨ ਥੈਰੇਪੀ ਇੱਥੋਂ ਕਰਵਾਈ ਆ ਤੇ ਮੈਂ ਬਿਲਕੁਲ ਠੀਕ ਹੋ ਗਈ ਹਾਂ। ਹਾਂ ਸੱਚੇ ਪਾਤਸ਼ਾਹ ਸਭ ਨੂੰ ਠੀਕ ਰੱਖੇ ਸਤਿਗੁਰੂ। ਠੀਕ। ਸੱਚਾ ਜੀ ਭੈਣ ਜੀ ਤੁਹਾਨੂੰ ਕੀ ਮੁਸ਼ਕਲ ਸੀ? ਗੋਡੇ ਦੀ ਪਰੇਸ਼ਾਨੀ ਸੀ। ਅੱਛਾ। ਗੋਡੇ 'ਚ ਤਾਂ ਫਰਕ ਪੈ ਗਿਆ, ਠੀਕ ਹੋ ਗਿਆ। ਪਹਿਲਾਂ ਪੈਰਾਂ ਪਰ ਬੈਠਿਆ ਜਾਂਦਾ ਸੀ? ਨਹੀਂ ਪਹਿਲੇ ਨਹੀਂ ਬੈਠ ਜਾਂਦਾ ਸੀ, ਪਰ ਬੈਠ ਜਾਂਦਾ। ਠੀਕ ਹੈ। ਹੁਣ ਕਿੱਦਾਂ ਬਹਿ ਜਾਂਦੇ ਹੋ? ਹਾਂਜੀ। ਦਰਦ ਕਿਵੇਂ? ਦਰਦ ਠੀਕ ਹੈ ਅਬ ਤੋਂ। ਠੀਕ ਹੈ।